ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਅਸੀਂ ਅਰਦਾਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਜਿੱਥੇ ਵੀ ਹੈਗੇ ਆ ਚੜ੍ਹਦੀ ਕਲਾ, ਤੇ ਅਸੀਂ ਆਪਣੇ ਖਾਲਸਾ ਵੱਲੋਂ ਪਿਛਲੇ ਸਾਲ ਜੋ ਤੁਸੀਂ ਸਾਨੂੰ ਸਪੋਰਟ ਦਿੱਤਾ, ਪਿਆਰ ਦਿੱਤਾ, ਤੁਹਾਡਾ ਬਹੁਤ ਧੰਨਵਾਦ। ਤੇ ਇਸ ਸਾਲ ਵੀ ਸਾਡੇ ਹੁਣ ਪ੍ਰੋਜੈਕਟ ਬਹੁਤ ਚੱਲ ਰਹੇ ਆ, ਚੱਲਣੇ ਵੀ ਆ, ਹੋਰ ਨਵੇਂ ਵੀ ਸਾਰੇ ਪਾਸੇ। ਅੱਜ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਤੇ ਜਿੱਥੇ ਵੀ ਗਰੀਬੀ ਆ, ਪਿੰਡ 'ਚ ਹੋਵੇ, ਸ਼ਹਿਰ 'ਚ ਹੋਵੇ, ਸਾਡਿਆਂ ਦਾ ਸਾਰਾ ਇਕੱਲੇ ਇਕੱਲੇ ਦਾ ਫਰਜ਼ ਆ ਕੋਈ ਗਰੀਬ ਭੁੱਖਾ ਨਾ ਰਹੇ। ਰੋਟੀ ਕਿਸੇ ਨੂੰ ਦੇਣੀ ਇੰਨੀ ਔਖੀ ਨਹੀਂ ਹੁੰਦੀ, ਪਰ ਪਹਿਲਾਂ ਕਲਮ ਚੱਕਣਾ ਕਈ ਵਾਰ ਔਖਾ ਹੁੰਦਾ। ਸੋ ਗਰੀਬੀ ਦਾ ਕੋਈ ਧਰਮ ਨਹੀਂ, ਗਰੀਬੀ ਨਾਲ ਧਰਮ ਦੇਖਦੀ ਆ। ਗਰੀਬੀ ਜੋ ਢਿੱਡ ਕੋਈ ਭਰਦਾ ਗਰੀਬ ਦਾ, ਉਦੋਂ ਹੀ ਉਹ ਬੰਦਾ ਰੱਬ ਬਣ ਜਾਂਦਾ। ਸੋ ਸਾਡੀ ਸਪੈਸ਼ਲੀ ਪੰਜਾਬ ਦੇ ਵਿੱਚ ਵੱਡੀ ਜ਼ਿੰਮੇਵਾਰੀ ਆ ਆਪਣਿਆਂ ਦੀ, ਭਾਈ ਜਿਹੜੇ ਭਾਈ ਪੰਜਾਬੀ ਵੀਰ, ਭੈਣ ਭਰਾ, ਸਿੱਖ ਆ, ਨੌਨ ਸਿੱਖ ਆ, ਜਿਹੜੇ ਵੀ ਪੰਜਾਬੀ ਆ, ਇਕੱਲੇ ਇਕੱਲੇ ਪਿੰਡ 'ਚ ਦੇਖੋ ਜਿਹੜਾ ਗਰੀਬ ਆ। ਮੈਨੂੰ ਕਈ ਵਾਰ ਈਮੇਲਾਂ ਆਉਂਦੀਆਂ ਭਾਈ ਭਾਈ ਸਾਹਿਬ ਸਾਡੇ ਪਿੰਡ ਗਰੀਬੀ ਬਹੁਤ ਆ। ਉਹ ਤਾਂ ਠੀਕ ਆ, ਜੇ ਕੋਈ ਘਰ ਲੇਪਿਆ ਮੈਡੀਕਲ ਕਰਨਾ, ਅਸੀਂ ਜ਼ਰੂਰ ਤੁਹਾਨੂੰ ਖੜ੍ਹੇ ਹੋਵਾਂਗੇ। ਪਰ ਜਿਹੜੇ ਰੋਟੀ ਪ੍ਰਸ਼ਾਦਾ ਉਹ ਪਿੰਡ ਵੀ ਮੇਰੇ ਖਿਆਲ ਆਪਣੇ ਵੱਲੋਂ ਵਾਰੀ ਵਾਰੀ ਉਹਨਾਂ ਨੂੰ ਦੇ ਸਕਦੇ ਰੋਜ਼, ਫਿਰ ਭੁੱਖੇ ਨਾ ਰਹਿਣ। ਸਾਨੂੰ ਥੋੜ੍ਹੀ ਜਿਹੀ ਆਪਣੀ ਵੀ ਸੋਚ ਬਦਲਣੀ ਪੈਣੀ ਆ। ਜਿੱਦਾਂ ਲੰਗਰ ਚੱਲਦੇ ਸਾਰੇ ਪਾਸੇ, ਅਤੇ ਗਰੀਬਾਂ ਦੇ ਲੰਗਰ ਤੁਸੀਂ ਲਾ ਸਕਦੇ ਆ, ਇਹ ਨਹੀਂ ਭਾਈ ਇੱਕ ਵਾਰੀ ਲਾਤਾ ਮਹੀਨੇ ਦੇ ਵਿੱਚ। ਪਰ ਜਿਹੜੇ ਗਰੀਬਾਂ ਦੇ ਬੱਚੇ ਭੁੱਖੇ ਰੋਂਦੇ ਆ, ਉਹਦੀਆਂ ਜਿਹੜੀਆਂ ਭਾਈ ਕਹਿ ਲਓ ਚੀਕਾਂ ਜੋ ਸਾਡੇ ਕੰਨਾਂ 'ਚ ਵੱਜਦੀਆਂ, ਕਈ ਵਾਰ ਅਸੀਂ ਕੰਨ ਬੰਦ ਕਰ ਲੈਂਦੇ। ਸੋ ਸਾਨੂੰ ਸੋਚਣਾ ਪੈਣਾ ਸਰਬੱਤੇ ਭਲੇ ਦਾ ਮਤਲਬ ਕੀ ਆ। ਹੁਣ ਗੁਰੂ ਨਾਨਕ ਦੇਵ ਜੀ ਦਾ ਲੰਗਰ ਦੇਖੋ ਕਿੰਨੇ ਸੌ ਸਾਲ ਹੋ ਗਏ ਸੈੱਟ ਕੀਤੇ ਨੂੰ, ਸ਼ੁਰੂ ਕੀਤੇ ਨੂੰ, ਅਤੇ ਹੁਣ ਸਾਰੀ ਦੁਨੀਆਂ ਵਿੱਚ ਗੁਰੂ ਕਾ ਲੰਗਰ ਚੱਲਦਾ। ਅਤੇ ਉਹਦਾ ਲੰਗਰ ਦੇ ਨਾਲ ਸਾਡਾ ਵੀ ਪਿਆਰ ਵੱਧਦਾ, ਸਿੱਖੀ ਨਾਲ ਵੱਧਦਾ, ਇਨਸਾਨੀਅਤ ਨਾਲ ਵੱਧਦਾ। ਇੱਕ ਲੰਗਰ ਇੱਕ ਬਹੁਤ ਪਾਵਰਫੁਲ ਮੈਸੇਜ ਆ ਦੁਨੀਆਂ ਲਈ, ਕਲਾ ਸਿੱਖੀ ਲਈ ਨਹੀਂ, ਭਾਈ ਲੰਗਰ ਦੇ ਵਿੱਚ ਸਾਰੇ ਇਕੱਠੇ ਆ, ਲੰਗਰ ਦੇ ਵਿੱਚ ਪੰਗਤ ਦੇ ਵਿੱਚ ਸਾਰੇ ਬਰਾਬਰ ਆ। ਅਤੇ ਪਿੰਡਾਂ ਵਿੱਚ ਇਹ ਬਰਾਬਰਤਾ ਆਉਣੀ ਉਦੋਂ ਆਉਣੀ ਆ ਜਦੋਂ ਅਸੀਂ ਆਪਣੇ ਕਦਮ ਚੱਕੀਏ ਗਰੀਬਾਂ ਲਈ, ਨਾ ਜਾਤ ਪਾਤ ਦੇਖੀਏ, ਨਾ ਧਰਮ ਦੇਖੀਏ। ਜੇ ਅਸੀਂ ਸਾਰੇ ਪਿੰਡ ਚੱਕਣ ਲੱਗ ਪਏ, ਸਾਰਾ ਪੰਜਾਬ ਹੀ ਬਦਲ ਜਾਣਾ ਰਾਤੋਂ ਰਾਤ। ਪਰ ਸਾਨੂੰ ਪਹਿਲਾਂ ਮੜ ਜਾ ਐਫਰਟ ਕਰਨਾ ਪੈਣਾ। ਸੋ ਮੇਰਾ ਇਹੀ ਮੈਸੇਜ ਨਵੇਂ ਸਾਲ ਦਾ ਆ ਕਿ ਇਨਸਾਨੀਅਤ ਆਪਣੇ ਮੋਹਰੇ ਰੱਖੋ, ਗਰੀਬਾਂ ਨੂੰ ਦੇਖੋ ਕੌਣ ਗਰੀਬੀ ਪਿੰਡ 'ਚ ਕਿਹੜੀ ਆ, ਵੱਡੇ ਇਲਾਜ ਕਰਾਉਣੇ, ਘਰ ਘੁਰ ਬਣੇ, ਹਾਂ ਤੁਹਾਨੂੰ ਸਾਥ ਦੇਵਾਂਗੇ। ਪਰ ਜਿਹੜੇ ਨਿੱਕੇ ਨਿੱਕੇ ਕੰਮ ਆ, ਉਹਨਾਂ 'ਚ ਤੁਸੀਂ ਰਲ ਮਿਲ ਕੇ ਵੀ ਕਰ ਸਕਦੇ ਆ। ਸੋ ਚੜ੍ਹਦੀ ਕਲਾ ਰਹੋ, ਅਤੇ ਅਸੀਂ ਕਹਿੰਦੇ ਵੀ ਅਰਦਾਸਾਂ ਵਿੱਚ ਤੁਹਾਡੇ ਪਰਿਵਾਰ, ਤੁਹਾਡੇ ਬੱਚੇ, ਤੁਹਾਡੇ ਪਿੰਡ ਵਾਲੇ ਸਾਰੇ ਚੜ੍ਹਦੀ ਕਲਾ ਰਹਿਣ, ਪਰ ਇੱਕ ਦੂਜੇ ਦੇ ਉੱਪਰ ਤੁਸੀਂ ਜ਼ਰੂਰ ਆਪਣੇ ਧਿਆਨ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।